ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਟੀਵੀ ਤੇ। 4 ਜਨਵਰੀ ਨੂੰ ਸਲਮਾਨ ਖਾਨ ਦੇ ਪਨਵੇਲ ਵਾਲੇ ਫਾਰਮ ਹਾਊਸ ਤੇ ਪੰਜਾਬ ਦੇ 2 ਮੁੰਡਿਆਂ ਨੇ ਜਬਰਨ ਘੁਸਣ ਦੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਨੂੰ ਮਹਾਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਅਜੇਸ਼ ਕੁਮਾਰ ਤੇ ਗੁਰਸੇਵਕ ਸਿੰਘ ਨੂੰ ਮਹਾਰਾਸ਼ਟਰ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ। ਹੁਣ ਉਹਨਾਂ ਨੂੰ ਮਹਾਰਾਸ਼ਟਰ ਪੁਲਿਸ ਨੇ ਰਿਹਾ ਕੀਤਾ ਹੈ। ਹਾਲਾਂਕਿ ਕਈ ਸੰਗੀਨ ਧਾਰਾਵਾਂ ਦੇ ਤਹਿਤ ਇਹਨਾਂ ਦੋਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। 420 ਟ੍ਰੈਸ ਪਾਸਿੰਗ ਸਮੇਤ ਕਈ ਧਾਰਾਵਾਂ ਇਹਨਾਂ ਦੋਵਾਂ ਦੇ ਖਿਲਾਫ ਲਗਾਈਆਂ ਗਈਆਂ ਸੀ। ਸ਼ੱਕ ਜ਼ਿਆਦਾ ਵੱਧ ਗਿਆ ਸੀਗਾ ਕਿਉਂਕਿ ਇਹ ਦੋਵੇਂ ਹੀ ਮੁੰਡੇ ਲਾਰੈਂਸ ਬਿਸ਼ਨੋਈ ਦੇ ਇਲਾਕੇ ਤੋਂ ਆਉਂਦੇ ਨੇ। ਅਜੇਸ਼ ਕੁਮਾਰ ਇੱਕ ਉਹ ਮੁੰਡਾ ਹੈ ਜਿਹਦੇ 'ਤੇ ਆਰੋਪ ਸੀਗਾ ਸਲਮਾਨ ਖਾਨ ਦੇ ਫਾਰਮ ਹਾਊਸ ਦੇ ਵਿੱਚ ਜਬਰਨ ਘੁਸਣ ਦੀ ਕੋਸ਼ਿਸ਼ ਕਰਨ ਦਾ। ਮਹਾਰਾਸ਼ਟਰ ਪੁਲਿਸ ਤੋਂ ਰਿਹਾਅ ਹੋਣ ਤੋਂ ਬਾਅਦ ਜਦੋਂ ਅਜੇਸ਼ ਕੁਮਾਰ ਵਾਪਸ ਪੰਜਾਬ ਪਰਤਿਆ ਤਾਂ ਸਾਡੇ ਨਾਲ ਜੁੜਿਆ ਦੈਨਿਕ ਸਵੇਰਾ ਤੇ ਉਹਨੇ ਤਮਾਮ ਸਵਾਲਾਂ ਦੇ ਜਵਾਬ ਦਿੱਤੇ ਨੇ। ਔਰ ਦੁੱਤਰਾਂ ਵਾਲੀ ਪਿੰਡ ਲਾਰੈਂਸ ਬਿਸ਼ਨੋਈ ਦਾ ਪਿੰਡ ਹੈ, ਉੱਥੇ ਬੈਠ ਕੇ ਦੈਨਿਕ ਸਵੇਰਾ ਨਾਲ ਅਜੇਸ਼ ਕੁਮਾਰ ਨੇ ਗੱਲਬਾਤ ਕੀਤੀ ਆਪਣੇ ਮਾਮੇ ਦੇ ਘਰ ਬੈਠ ਕੇ। ਤਮਾਮ ਸਵਾਲਾਂ ਦੇ ਜਵਾਬ ਆਪਾਂ ਲਏ, ਕਿਉਂ ਉਹ ਬੰਬੇ ਪਹੁੰਚਿਆ ਸੀ, ਕਿਉਂ ਉਹ ਸਲਮਾਨ ਖਾਨ ਦੇ ਫਾਰਮ ਹਾਊਸ 'ਤੇ ਪਹੁੰਚਿਆ, ਕਿਉਂ ਉਹਨੇ ਫੇਕ ਆਈਡੀਆਂ ਬਣਾਈਆਂ, ਕਿਉਂ ਉਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ, ਔਰ ਲਾਰੈਂਸ ਬਿਸ਼ਨੋਈ ਨਾਲ ਉਹਦਾ ਕਨੈਕਸ਼ਨ ਹੈ ਜਾਂ ਨਹੀਂ, ਇਹ ਸਾਰੇ ਸਵਾਲਾਂ ਦੇ ਜਵਾਬ ਅਜੇਸ਼ ਕੁਮਾਰ ਨੇ ਖੁਦ ਦੈਨਿਕ ਸਵੇਰਾ ਦੇ ਦਿੱਤੇ ਨੇ। ਸੁਣੋ ਦੈਨਿਕ ਸਵੇਰਾ ਨਾਲ ਅਜੇਸ਼ ਕੁਮਾਰ ਦੀ ਇਹ ਐਕਸਕਲੂਸਿਵ ਗੱਲਬਾਤ। ਅਜੇਸ਼ ਜੀ, ਤੁਸੀਂ ਮਹਾਰਾਸ਼ਟਰ ਪੁਲਿਸ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਸੀਗਾ ਔਰ ਹੁਣ ਤੁਹਾਨੂੰ ਛੱਡਤਾ, ਕਿਉਂ ਗ੍ਰਿਫਤਾਰ ਕੀਤਾ ਸੀਗਾ, ਤੁਸੀਂ ਸਲਮਾਨ ਖਾਨ ਦੇ ਫਾਰਮ ਹਾਊਸ ਵੱਲ ਕਿਉਂ ਗਏ ਸੀਗੇ, ਸਾਰੀ ਘਟਨਾ ਬਾਰੇ ਸਾਨੂੰ ਦੱਸੋ। ਹਾਂਜੀ, ਅਸੀਂ ਫਾਰਮ ਹਾਊਸ ਵੱਲ ਗਏ ਸੀਗੇ, ਮਤਲਬ ਅਸੀਂ ਜੀ ਮਤਲਬ ਗਏ ਸੀ ਤਾਂ ਘੁੰਮਣ ਸੀਗੇ ਇੱਥੋਂ, ਪਰ ਅਸੀਂ ਬੈਗ ਬੂਗ ਲੈ ਕੇ ਗਏ ਸੀ ਆਪਣਾ ਕੱਪੜੇ ਵੀ ਨਾਲ। ਉੱਥੇ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਫਰਨੀਚਰ ਦਾ ਕੰਮ ਦਾ ਰੇਟ ਵੱਡ ਆਇਆ ਉੱਥੇ। ਅੱਛਾ, ਜਿਵੇਂ ਇੱਥੇ 2500 ਰੁਪਏ ਸੀਟ ਹੈ, ਉੱਥੇ 4500 ਰੁਪਏ ਤੱਕ ਦੀ ਸੀਟ ਮਿਲ ਜਾਂਦੀ ਹੈ, ਤਾਂ ਕਰਕੇ ਕਿਸੇ ਨੇ ਸਾਨੂੰ ਦੱਸਿਆ ਸੀ ਵੀ ਇੱਥੇ ਜੇ ਤੁਸੀਂ 15-16 ਹਜ਼ਾਰ ਕਮਾ ਰਹੇ ਹੋ ਨਾ, ਤਾਂ ਉੱਥੇ ਤੁਸੀਂ 3-4 ਹਜ਼ਾਰ ਤੱਕ ਕਮਾ ਸਕਦੇ ਹੋ। ਅੱਛਾ, ਹਾਂ, ਤੁਸੀਂ ਤਾਂ ਬੰਬੇ ਗਏ ਸੀਗੇ? ਹਾਂਜੀ ਹਾਂਜੀ ਹਾਂਜੀ, ਅਸੀਂ ਤਾਂ ਕਰਕੇ ਉੱਥੇ ਗਏ ਸੀਗੇ। ਉਸ ਤੋਂ ਬਾਅਦ ਅਸੀਂ ਵਿਚਾਰ ਬਣਾ ਲਿਆ ਸੀ ਘੁੰਮਣ ਦਾ। ਅੱਛਾ, ਉਹ ਇੱਥੋਂ ਗਏ ਸੀਗੇ ਅਸੀਂ ਆਪਣੇ ਬੰਬੇ ਦੀ, ਇੱਥੇ ਆਈਡੀ ਉਈਡੀ ਮਤਲਬ ਸਾਡੇ ਕੋਲ ਨਹੀਂ ਸੀਗੀ ਸਾਡੀ, ਕਿਉਂਕਿ ਸਾਨੂੰ ਪਤਾ ਨਹੀਂ ਸੀ ਇੱਥੇ ਮਤਲਬ ਰੂਮ ਰਾਮ ਆਈਡੀ ਲੈ ਕੇ ਐਂ ਮਿਲੂਗਾ। ਅੱਛਾ, ਤਾਂ ਕਰਕੇ ਉੱਥੇ ਸੁਬਾ ਉਤਰੇ ਸੀ ਜੀ ਜਲਦੀ। ਇੱਥੇ ਕਿਸੇ ਨੂੰ ਫੋਨ ਵੀ ਕੀਤਾ ਸੀ ਅਸੀਂ ਵੀ ਆਈਡੀ ਦੇਣ ਵਾਸਤੇ ਬਈ ਸਾਨੂੰ ਆਈਡੀ ਭੇਜ ਦੇਣਾ, ਤਾਂ ਕਰਕੇ। ਅੱਛਾ, ਪਰ ਸਰ ਜੀ ਫੋਨ ਨਹੀਂ ਚੱਕਿਆ ਕਿਸੇ ਨੇ, ਇੱਕ ਭਰਾ ਨੇ ਫੋਨ ਚੱਕਿਆ ਸੀ, ਉਹ ਕਹਿੰਦਾ ਮੈਂ ਟਾਣੀ ਜਾਊਂਗਾ ਜਾ ਕੇ, ਕੋਈ ਨੀ ਆਈਡੀ ਉਈਡੀ ਭੇਜ ਦੂੰਗਾ ਗਿਆ। ਅੱਛਾ, ਤੁਹਾਡਾ ਇੱਥੇ ਪਿੰਡ 'ਚ ਝਗੜਾ ਹੋਇਆ ਸੀਗਾ ਨਾ, ਤੁਸੀਂ ਤਾਂ ਇੱਥੋਂ ਦੀ ਪਰਚਾ ਦਰਜ ਹੋਇਆ ਸੀ ਤਾਂ ਫਰਾਰ ਹੋ ਗਏ ਸੀਗੇ ਉੱਥੇ? ਹਾਂਜੀ ਹਾਂਜੀ, ਤਾਂ ਫਰਾਰ ਹੋਇਆ ਸੀ ਮੈਂ। ਤੇ ਫਿਰ ਤਾਂ ਤੁਸੀਂ ਇੱਕ ਹੋਰ ਪਰਚਾ ਕਰਵਾ ਲਿਆ ਉੱਥੇ, ਹੁਣ ਵੱਡਾ ਪਰਚਾ ਹੋ ਗਿਆ ਉਹ ਤਾਂ। ਉਹ ਸਰ ਜੀ ਕੀ ਪਤਾ ਲੱਗਦਾ ਹੁਣ ਵੱਡਾ ਪਰਚਾ ਹੋ ਗਿਆ, ਪਰ ਕੀ ਕਰ ਸਕਦੇ ਆ। ਉੱਥੇ ਮੇਨ ਪਰਚਾ ਤਾਂ ਇਸ ਕਰਕੇ ਪਿਆ ਨਾ ਸਰ ਜੀ ਮੇਰਾ, ਕਿਉਂਕਿ ਮੈਂ ਉਹ ਆਈਡੀ ਕਾਰਨ ਉਹ ਕਿਸੇ ਨੇ ਉੱਥੇ ਮੈਨੂੰ ਮਤਲਬ ਸਟੇਸ਼ਨ ਤੇ ਦੱਸਿਆ ਸੀ, ਕਹਿੰਦਾ ਯਾਰ ਜੇ ਨਾ ਮਿਲ ਰਹੀ ਆ ਕਮਰਾ ਤੁਹਾਨੂੰ ਨਹੀਂ ਮਿਲੀ ਜਾਂਦਾ ਆਪਣੇ, ਤਾਂ ਤੁਸੀਂ ਉਹਨੇ ਇੱਕ ਐਪਲੀਕੇਸ਼ਨ ਦੱਸੀ ਸੀ ਇਸ ਤੋਂ, ਕਹਿੰਦਾ ਆਈਡੀ ਬਣਾ ਕੇ ਤੇ ਤੁਸੀਂ ਆਪਣੀ ਫੋਟੋ ਲਾ ਦਿਓ ਉਹਦੇ ਇਹਦੇ ਉੱਤੇ ਤੇ ਤੁਹਾਨੂੰ ਰੂਮ ਮਿਲ ਜੂਗਾ ਇੱਥੇ ਸਿੱਧੇ ਫੋਨ ਤੇ ਮੈਨੂੰ, ਉਹ ਕਹਿੰਦਾ ਵੀ ਦਿਖਾ ਦਿਓ ਤੁਸੀਂ ਉੱਥੇ। ਫਿਰ ਮੈਨੂੰ ਪੂਰੀ ਘਟਨਾ ਦੱਸੋ, ਤੁਸੀਂ ਸਲਮਾਨ ਖਾਨ ਦੇ ਫਾਰਮ ਹਾਊਸ 'ਚ ਗਏ, ਉਸ ਤੋਂ ਪਹਿਲਾਂ ਕਿੰਨੇ ਦਿਨ ਬੰਬੇ ਤੁਸੀਂ ਰਹੇ ਸੀਗੇ? ਉਸ ਤੋਂ ਪਹਿਲਾਂ ਸਰ ਅਸੀਂ ਬਹੁਤ ਜਗ੍ਹਾ ਘੁੰਮੇ ਸੀਗੇ, ਆਪਣੇ ਬੀਚ ਹੈ ਉੱਥੇ ਘੁੰਮੇ ਸੀਗੇ, ਅਮਿਤਾਬ ਬੱਚਨ ਦੇ ਬੰਗਲੇ ਗਏ ਸੀਗੇ, ਜੋਨ ਇਬਰਾਹਿਮ ਦੇ ਬੰਗਲੇ ਗਏ ਸੀਗੇ, ਸ਼ਾਹਰੁਖ ਖਾਨ ਦੇ, ਸਲਮਾਨ ਖਾਨ ਦਾ ਜਿਹੜਾ ਉੱਥੇ ਇੱਕ ਆਪਣੇ
ਸਰ ਜੀ ਕੀ ਆਮਿਰ ਖਾਨ? ਨਹੀਂ ਨਹੀਂ ਸਲਮਾਨ ਖਾਨ ਦਾ ਉਹ ਜਿਹੜਾ ਬਗਲਾ ਜਿਹੜਾ, ਹਾਂਜੀ ਸਿਲਵਰ ਗਲੈਕਸੀ, ਗਲੈਕਸੀ ਅਪਾਰਟਮੈਂਟ, ਹਾਂਜੀ ਹਾਂਜੀ ਉੱਥੇ ਫਿਰ ਉੱਥੇ ਵੀ ਗਏ ਸੀਗੇ। ਅੱਛਾ ਫਿਰ ਫਾਰਮ ਹਾਊਸ ਤੁਸੀਂ ਗਏ ਉੱਥੇ? ਫਿਰ ਉੱਥੇ ਕਿਸੇ ਨੇ ਸਾਨੂੰ ਦੱਸਿਆ ਸੀਗਾ ਆਟੋ ਵਾਲੇ ਨੇ, ਕਹਿੰਦਾ ਯਹਾਂ ਪੇ ਬੰਗਲਾ ਨਹੀਂ ਹੈ ਸਲਮਾਨ ਖਾਨ ਕਾ, ਅੱਛਾ ਬੰਗਲਾ ਨਹੀਂ ਹੈ, ਐਂ ਜੀ ਦੱਸਿਆ ਸੀਗਾ ਉਹਨੇ ਵੀ ਉੱਥੇ ਕਹਿੰਦਾ ਪਿੰਡ ਹੈਗਾ, ਉਹਨੇ ਐਂ ਦੱਸਿਆ ਸੀ, ਉਹਨੇ ਐਂ ਨਹੀਂ ਦੱਸਿਆ ਸਾਨੂੰ ਵੀ ਜੰਗਲ ਹੈ ਤੇ ਇੱਥੋਂ ਬਹੁਤ ਦੂਰ ਪਿੰਡ ਹੈ, ਉਹਨੇ ਸਾਨੂੰ ਐਂ ਦੱਸਿਆ ਸੀ ਵੀ ਪਨਵੇਲ 'ਚ ਪਿੰਡ ਹੈ ਇੱਕ। ਅੱਛਾ ਤੇ ਤੁਸੀਂ ਉੱਥੇ ਜਾਓ, ਉੱਥੇ ਮਤਲਬ ਵਧੀਆ ਦੇਖਣ ਨੂੰ ਹੈਗਾ, ਸਿਸਟਮ ਬਹੁਤ ਵਧੀਆ ਉੱਥੇ। ਅੱਛਾ ਮੈਂ ਕਿਹਾ ਚੱਲ ਠੀਕ ਹੈ, ਤਾਂ ਕਰਕੇ ਅਸੀਂ ਆਟੋ ਫੜ ਕੇ ਇੱਥੋਂ ਉੱਥੇ ਜਾ ਵੜੇ ਸੀ। ਅੱਛਾ ਤੁਸੀਂ ਉੱਥੇ ਗਏ ਫਿਰ? ਅਸੀਂ ਉੱਥੇ ਪਨਵੇਲ ਗਏ, ਪਨਵੇਲ ਤੋਂ ਪਤਾ ਲੱਗਿਆ ਕਿ ਇੱਥੋਂ ਥੋੜੀ ਦੂਰ ਮਤਲਬ ਪਿੰਡ ਹੈ ਉਹਨਾਂ ਦਾ ਪਿੰਡ। ਅੱਛਾ ਠੀਕ ਹੈ, ਤੁਸੀਂ ਜਦੋਂ ਫਾਰਮ ਹਾਊਸ ਦੇ ਕੋਲ ਪਹੁੰਚ ਗਏ ਤੁਹਾਡੇ ਤੇ ਆਰੋਪ ਇਹ ਲੱਗਾ ਕਿ ਤੁਸੀਂ ਤਾਰਾਂ ਤੋੜਨ ਦੀ ਕੋਸ਼ਿਸ਼ ਕੀਤੀ, ਜਬਰਨ ਅੰਦਰ ਵੜਨ ਦੀ ਕੋਸ਼ਿਸ਼ ਕੀਤੀ, ਤੁਸੀਂ ਅੰਦਰ ਵੜਨ ਦੀ ਕੋਸ਼ਿਸ਼ ਕਿਉਂ ਕਰ ਰਹੇ ਸੀਗੇ? ਨਹੀਂ ਸਰ ਜੀ ਇਹੋ ਜੀ ਕੋਈ ਗੱਲ ਨਹੀਂ ਹੋਈ ਸੀ, ਮੀਡੀਆ ਜਿਹਾ ਸਾਰੀ ਗੱਲ ਚੁੱਕੀ ਹੈ ਕਿਉਂਕਿ ਨਾ ਤਾਂ ਤਾਰਾਂ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉੱਥੇ ਨਾ ਕੁਛ ਹੋਰ, ਅਸੀਂ ਫੋਟੋ ਲਈ ਸੀ ਪਹਿਲਾਂ ਉੱਥੇ ਬਾਹਰ ਦੀਆਂ, ਅੱਛਾ ਮਤਲਬ ਗੇਟ ਦੇ ਅੱਗੇ ਖੜੀ ਸੀਗੀ, ਨਾ ਸਾਡੇ ਕੋਈ ਮੂੰਹ ਬੰਨੇ ਸੀਗੇ ਨਾ ਕੁਛ ਹੋਰ, ਜਮਾ ਸਰਿਆਮ ਹੀ ਸੀਗੇ ਅਸੀਂ ਉੱਥੇ। ਅੱਛਾ ਠੀਕ ਹੈ ਠੀਕ ਹੈ, ਫੋਟੋਆਂ ਲਈ ਗਏ ਬਾਹਰ ਦੀਆਂ। ਅੱਛਾ ਫਿਰ ਕਿੰਨੇ ਆ ਕੇ ਫੜਿਆ ਤੁਹਾਨੂੰ? ਅਸੀਂ ਫਿਰ ਆਟੋ ਵਾਲੇ ਨੂੰ ਪੁੱਛਿਆ ਸੀ, ਮੈਂ ਕਿਹਾ ਸਰ ਜੀ ਇਹਦੇ ਵਿੱਚ ਵੜਨ ਦੀ ਕੋਈ ਹੈਗਾ ਨਹੀਂ ਕਿ ਇੱਥੇ, ਜਦੋਂ ਉਹਨੇ ਆਖਿਆ ਵੀ ਯਾਰ ਐਂਟਰੀ ਨਹੀਂ ਹੁੰਦੀ ਅੰਦਰ ਆਏ ਹਰੇਕ ਦੀ, ਮੈਂ ਕਿਹਾ ਚੱਲ ਠੀਕ ਹੈ। ਸਲਮਾਨ ਖਾਨ ਉਦੋਂ ਸੀਗਾ ਫਾਰਮ ਹਾਊਸ 'ਚ, ਤੁਹਾਨੂੰ ਪਤਾ ਸੀ ਸਲਮਾਨ ਖਾਨ ਹੈ ਜਾਂ ਨਹੀਂ? ਨਹੀਂ ਜੀ ਸਾਨੂੰ ਨਹੀਂ ਪਤਾ ਸੀ ਕੁਛ ਵੀ ਉਸ ਬਾਰੇ। ਅੱਛਾ ਤਾਂ ਫਿਰ ਉੱਥੇ ਕੀ ਹੋਇਆ, ਮਤਲਬ ਉੱਥੇ ਇੱਕ ਬੱਕਰੀ ਵਾਲਾ ਆਇਆ ਸੀਗਾ, ਉਹ ਬੱਕਰੀ ਵਾਲੇ ਨੇ ਬਾਹਰ ਦੀਆਂ ਬੱਕਰੀਆਂ ਅੰਦਰ ਵਾੜੀਆਂ ਸੀਗੀਆਂ। ਅੱਛਾ ਮਤਲਬ ਸਾਨੂੰ ਨਹੀਂ ਪਤਾ ਸੀ ਵੀ ਉੱਧਰ ਹੀ ਕੋਈ ਗੇਟ ਗੂਟ ਹੈ ਜਾਂ ਕੁਛ ਹੋਊਗਾ। ਅੱਛਾ ਜਦੋਂ ਬੱਕਰੀਆਂ ਵੜੀਆਂ ਨੇ, ਜਦੋਂ ਉਸ ਟਾਈਮ ਮੈਂ ਉਸ ਆਟੋ ਵਾਲੇ ਨੂੰ ਆਹ ਗੱਲ ਪੁੱਛੀ, ਮੈਂ ਕਿਹਾ ਯਾਰ ਬੱਕਰੀਆਂ ਵਾਲਾ ਜਾਈ ਜਾਂਦਾ ਅੰਦਰ ਉੱਧਰ ਦੀ, ਜੇ ਉੱਧਰ ਦੀ ਜਾ ਕੇ ਆਪਾਂ ਪੁੱਛੀਏ ਕਿਸੇ ਨੂੰ, ਉਹ ਕਹਿੰਦਾ ਹਾਂ ਪੁੱਛ ਲਓ ਚੱਲ ਤੁਮ। ਅੱਛਾ ਤਾਂ ਅਸੀਂ ਉੱਧਰ ਦੀ ਗਏ ਸੀ, ਉੱਧਰ ਵੀ ਕੋਈ ਤਾਰਾਂ ਤੁਰੀਆਂ ਤੋਰਾ ਤੁਰਾਂ ਕੁਛ ਨਹੀਂ ਲੱਗੀ ਸੀ, ਇੱਕ ਗੇਟ ਸੀਗਾ ਛੋਟਾ ਜਿਹਾ ਲੰਘਣ ਵਾਸਤੇ, ਫਿਰ ਉਹਨੇ ਜਿਹੜਾ ਸਿਕਿਉਰਟੀ ਗਾਰਡ ਸੀਗਾ ਉਹਨੇ ਆਖਿਆ ਸਾਨੂੰ ਵੀ ਸਿੱਧੇ ਗੇਟ ਤੇ ਆ ਜਾਓ ਤੁਸੀਂ। ਅੱਛਾ ਉਹਨੇ ਤੁਸੀਂ ਦੂਜੇ ਗੇਟ ਤੋਂ ਵੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਪਰ ਉਹਨੇ ਫਿਰ ਤੁਹਾਨੂੰ ਸਿਕਿਉਰਟੀ ਗਾਰਡ ਵਾਲੇ ਨੇ ਰੋਕਿਆ ਔਰ ਤੁਹਾਨੂੰ ਵੱਡੇ ਗੇਟ ਤੇ ਬੁਲਾ ਲਿਆ, ਇਦਾਂ ਹੋਇਆ? ਹਾਂਜੀ 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 ਉਹ ਸਿਕਿਉਰਟੀ ਵਾਲੇ ਨੇ ਰੋਕਿਆ ਸੀ ਸਾਨੂੰ, ਉਹ ਕਹਿੰਦਾ ਵੀ ਵੱਡੇ ਗੇਟ ਤੇ ਆ ਜਾਓ ਤੁਸੀਂ ਤੇ ਉੱਥੇ ਆ ਕੇ ਤੁਸੀਂ ਆਪਣੇ ਮੈਂ ਮਿਲਦਾ ਤੁਹਾਨੂੰ, ਮੈਂ ਕਿਹਾ ਚੱਲ ਠੀਕ ਹੈ। ਉਹਨੇ ਸਾਨੂੰ ਗੇਟ ਤੇ ਅੱਗੇ ਖੜਾ ਲਿਆ। ਅੱਛਾ ਉੱਥੇ ਕੀ ਕੀਤਾ, ਉੱਥੇ ਗੇਟ ਤੇ ਖੜਾ ਕੇ ਉਹਨੇ ਕਿਹਾ ਕਿੱਥੋਂ ਆਏ ਹੋ ਤੁਸੀਂ, ਅਸੀਂ ਉਹਨੂੰ ਦੱਸਤਾ ਸੀ ਵੀ ਰਾਜਸਥਾਨ ਪੰਜਾਬ ਦੀ ਬਾਰਡਰ ਤੋਂ ਆਏ ਕਰਕੇ, ਉਹ ਪਿੰਡ ਹੈ ਸਾਡਾ, ਸਹੀ ਦੱਸਿਆ ਸੀ ਸਾਰਾ ਕੁਛ ਉੱਥੇ। ਅੱਛਾ ਠੀਕ ਹੈ, ਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਆਈ ਡੀ ਦਿਓ ਤੁਸੀਂ ਤੁਹਾਡੀ। ਅੱਛਾ ਹੁਣ ਆਈ ਡੀ ਸਾਨੂੰ ਪਤਾ ਸੀ ਵੀ ਆਈ ਡੀ ਉਡੀ ਇੱਥੇ ਕਿਉਂ ਗਲਤ ਦਈਏ, ਕਿਉਂਕਿ ਉੱਥੇ ਆਧਾਰ ਕਾਰਡ ਜਿਹੜੇ ਰੂਮ 'ਚ ਦਿੱਤੇ ਸੀ ਉਹ ਤਾਂ ਫੇਕ ਸੀਗੇ ਆਈ ਡੀ, ਤੇ ਉਹਦੇ ਵਿੱਚ ਤਾਂ ਮਤਲਬ ਹੋਰ ਜਿਹੜੇ ਉਹ ਤਾਂ ਉੱਤਰਾਖੰਡ ਦੇ ਉਧਰ ਦੇ ਸੀਗੇ ਆਧਾਰ ਕਾਰਡ ਵੀ। ਅੱਛਾ ਠੀਕ ਹੈ, ਉਹਨਾਂ ਨੂੰ ਵੇ ਤੁਸੀਂ ਆਈ ਡੀ ਨਹੀਂ ਦਿੱਤੀ ਤੇ ਉਹਨਾਂ ਨੇ ਤੁਹਾਨੂੰ ਗ੍ਰਿਫਤਾਰ ਕਰਵਾਤਾ? ਹਾਂਜੀ ਉਹ ਕੀ ਹੈ ਕਿ ਫੋਨ ਤੋਂ ਮੈਂ ਡਿਲੀਟ ਕਰਤੀ ਸੀ ਜਿਹੜੀ ਫੇਕ ਆਈ ਡੀ ਸੀਗੀ ਬਣੀ ਸੀਗੀਆਂ। ਅੱਛਾ ਉਹ ਫੋਨ ਤੋਂ ਮੈਂ ਡਿਲੀਟ ਕਰਤੀਆਂ ਸੀ, ਮੈਂ ਕਿਹਾ ਇਹ ਮਤਲਬ ਫੇਕ ਆਈ ਡੀ ਕਿਉਂ ਦਈ ਇੱਥੇ। ਅੱਛਾ ਠੀਕ ਹੈ, ਉਹ ਡਿਲੀਟ ਕਰਤੀਆਂ, ਉਹਨਾਂ ਨੇ ਆਈਡੀਆਂ ਮੰਗੀਆਂ, ਮੈਂ ਕਿਹਾ ਸਰ ਜੀ ਰੂਮ 'ਤੇ ਜਾ ਕੇ ਮੈਂ ਆਈਡੀ ਦੇ ਸਕਦਾ ਤੁਹਾਨੂੰ, ਚਾਹੇ ਮੇਰੇ ਨਾਲ ਚੱਲੋ ਕੋਈ ਵੀ ਤੁਸੀਂ। ਫਿਰ ਉਹਨਾਂ ਨੇ ਪੁਲਿਸ ਨੂੰ ਬੁਲਾ ਲਿਆ, ਪੁਲਿਸ ਸਾਨੂੰ ਉੱਥੇ ਲੈ ਕੇ ਗਈ ਸੀ, ਉੱਥੇ ਸਿਰਫ ਆਹੀ ਗੱਲ ਹੋਈ ਸੀ ਉਹ ਸਰ ਜੀ, ਉਸ ਤੋਂ ਵੱਧ ਕੇ ਪੁਲਿਸ ਨੇ ਫਿਰ ਕਦੋਂ ਤੁਹਾਨੂੰ ਛੱਡਿਆ, ਕਿੰਨੇ ਦਿਨ ਤੁਹਾਨੂੰ?
ਕਿੰਨੇ ਦਿਨ ਤੁਹਾਨੂੰ ਰੱਖਿਆ ਅੰਦਰ ਪੁਲਿਸ ਨੇ? ਪੁਲਿਸ ਨੇ ਸਾਨੂੰ ਸਰ ਜੀ 4 ਤਰੀਕ ਦੀ ਫੜਿਆ ਸੀਗਾ। ਅੱਛਾ, ਤੇ ਆਪਣੇ ਅੱਜ 3 ਦਿਨ ਹੋ ਗਏ ਛੱਡਤਾ ਸੀ ਸਾਨੂੰ। 2-3 ਦਿਨ ਰੰਦ ਰੱਖ ਕੇ ਫਿਰ ਛੱਡਤਾ ਸੀਗਾ। ਹਾਂਜੀ, ਤੁਹਾਡਾ ਲੋਰੈਂਸ ਬਿਸ਼ਨੋਈ ਨਾਲ ਵੀ ਕੋਈ ਹੈਗਾ ਸੰਪਰਕ? ਨਹੀਂ ਨਹੀਂ ਸਰ ਜੀ, ਕੋਈ ਸੰਪਰਕ ਨਹੀਂ ਸੀਗਾ। ਉਵੇਂ ਤਾਂ ਮੈਂ ਉਹਨਾਂ ਨੂੰ ਫੋਨ ਸਾਰਾ ਦੇਤਾ ਸੀ। ਮੈਂ ਕਿਹਾ ਜੀ ਤੁਸੀਂ ਕੱਢ ਲਓ, ਜੇ ਕੁਛ ਹੋਵੇ ਵੀ ਤਾਂ ਤੁਹਾਨੂੰ ਵੀ ਪਤਾ ਲੱਗ ਜੇ ਵੀ ਹੈਗਾ ਕੁਛ। ਪਰ ਆਪਣਾ ਕੋਈ ਮਤਲਬ, ਕਿਉਂਕਿ ਤੁਸੀਂ ਉਸ ਇਲਾਕੇ ਜਾਂਦੇ ਹੋ, ਹੁਣ ਵੀ ਮੇਰੇ ਖਿਆਲ ਨਾਲ ਤੁਸੀਂ ਦੂਤਰਾ ਵਾਲੇ ਪਿੰਡ 'ਚ ਹੀ ਬੈਠੇ ਹੋ, ਆਪਣੇ ਮਾਮੇ ਦੇ ਘਰ ਹੀ ਬੈਠੇ ਹੋ। ਹਾਂਜੀ ਹਾਂਜੀ, ਤੇ ਉਹ ਲੋਰੈਂਸ ਬਿਸ਼ਨੋਈ ਦਾ ਪਿੰਡ ਹੈ, ਤਾਂ ਵੀ ਸ਼ੱਕ ਵੱਧ ਗਿਆ ਹੋਊਗਾ ਨਾ ਕਿ ਲੋਰੈਂਸ ਬਿਸ਼ਨੋਈ ਦਾ ਤੁਹਾਡਾ ਕੋਈ ਕਨੈਕਸ਼ਨ ਤੇ ਨਹੀਂ? ਤਾਂ ਕਰਕੇ ਸ਼ੱਕ ਵੱਧ ਗਿਆ ਸੀ, ਹੋਰ ਕੋਈ ਚੱਕਰ ਨਹੀਂ ਸੀਗਾ ਵੀ ਇਹ ਮਤਲਬ। ਤੁਸੀਂ ਕਦੀ ਲੋਰੈਂਸ ਬਿਸ਼ਨੋਈ ਨਾਲ ਕਦੀ ਕੋਈ ਗੈਂਗ ਦੇ ਬੰਦਿਆਂ ਨਾਲ ਕੋਈ ਸੰਪਰਕ ਨਹੀਂ ਕੀਤਾ ਕਦੀ ਅੱਜ ਤੱਕ? ਨਹੀਂ ਜੀ, ਕਦੇ ਨਹੀਂ ਕੀਤਾ, ਕਿਉਂਕਿ ਸਰ ਜੀ ਮੈਂ ਜ਼ਿਆਦਾਤਰ ਪਿੰਡ ਰਹਿੰਦਾ ਹੀ ਨਹੀਂ, ਕਿਉਂਕਿ ਮੈਂ ਕੰਮ ਤੇ ਹੀ ਰਹਿੰਦਾ ਹੁੰਦਾ ਜ਼ਿਆਦਾਤਰ, ਫਰਨੀਚਰ ਦੇ ਕੰਮ ਤੇ। ਹੁਣ ਤੁਹਾਨੂੰ ਫਿਰ ਹੁਣ ਉੱਥੇ ਕਾਰਵਾਈ ਕਿੱਦਾਂ ਕਰਿਆ ਕਰੋਗੇ? ਹੁਣ ਪੁਲਿਸ ਨੇ ਫਿਰ ਬੁਲਾਇਆ ਕਿ, ਕਿਉਂਕਿ 420 ਦਾ ਮਾਮਲਾ ਦਰਜ ਸੀਗਾ, ਫਿਰ ਜ਼ਮਾਨਤ ਕਿੱਦਾਂ ਹੋਈ ਤੁਹਾਡੀ, ਕਿੱਦਾਂ ਛੱਡ ਨਹੀਂ ਹੋਈ? ਸਰ ਜੀ ਉੱਥੇ ਸਾਨੂੰ ਬੁਲਾਇਆ ਹੈ ਹੁਣ ਅੱਗੇ 22 ਤਰੀਕ ਨੂੰ। ਅੱਛਾ, ਹਾਂਜੀ ਜਾਵਾਂਗੇ, ਕੋਈ ਗੱਲ ਨਹੀਂ। ਮੈਂ ਕਿਹਾ ਉਹਨਾਂ ਕੋਲ ਅਜੇ ਬਿਨਾ ਜ਼ਮਾਨਤ ਤੋਂ ਤੁਹਾਨੂੰ ਉਹਦਾ ਪੁਲਿਸ ਨੇ ਅਜੇ ਰਿਹਾ ਕੀਤਾ ਹੈ। ਹਾਂਜੀ ਰਿਹਾ ਕੀਤਾ ਹੈ। ਫਿਰ 22 ਤਰੀਕ ਨੂੰ ਫਿਰ ਬੁਲਾਇਆ ਕੋਰਟ 'ਚ ਪੇਸ਼ ਹੋਣਾ? ਹਾਂਜੀ ਹਾਂਜੀ, ਕੋਰਟ 'ਚ ਪੇਸ਼ ਹੋਣ ਵਾਸਤੇ। ਤੇ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਲੰਬਾ ਚੱਕਰ ਪੈ ਗਿਆ ਤੁਹਾਡਾ? ਇੰਨੀ ਦੂਰ ਤੁਹਾਡੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਕਿ ਤੁਸੀਂ ਵਾਰ ਵਾਰ ਮੁੰਬਈ ਜਾਓਗੇ, ਜਾਣਾ ਪਏਗਾ ਤੁਹਾਨੂੰ ਇੱਦਾਂ? ਨਹੀਂ ਸਰ, ਉੱਥੇ ਮੈਂ ਗੱਲ ਕੀਤੀ ਸੀ, ਉਹਨਾਂ ਨੇ ਆਹੀ ਗੱਲ ਕਹੀ ਸੀ ਵੀ ਸਹੀ ਨਿਕਲੋਗੇ ਤੁਸੀਂ ਜੇ ਸਹੀ ਹੋਏ ਤੁਸੀਂ। ਠੀਕ ਹੈ, ਸਲਮਾਨ ਖਾਨ ਦੇ ਪਰਿਵਾਰ ਦੇ ਕਿਸੇ ਮੈਂਬਰ ਨਾਲ ਜਾਂ ਉਹਦੇ ਕਿਸੇ ਟੀਮ 'ਚ ਉਹਦੇ ਨਹੀਂ ਤੁਹਾਡੇ ਕਿਸੇ ਬੰਦੇ ਨਾਲ ਗੱਲਬਾਤ ਹੋਈ ਆ? ਉਹਨਾਂ ਨੇ ਤਾਂ ਨਹੀਂ ਤੁਹਾਨੂੰ ਕੋਈ ਪੁੱਛਿਆ ਕਿੱਛਿਆ ਕੁਛ? ਨਹੀਂ ਜੀ, ਕੋਈ ਗੱਲਬਾਤ ਨਹੀਂ ਹੋਈ ਸੀ। ਬਿਲਕੁਲ ਰਾਜੇਸ਼ ਕੁਮਾਰ ਜੀ, ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ।